ਲੈ ਤੋ ਤੋ ਤਲਾ ਗਿਆ ਹੈ ਪਤਾ ਨਹੀਂ ਕਿੱਥੇ ਲੈ ਗਿਆ ਆਇਆ ਹੀ ਤੋਈ ਨਹੀਂ ਹੈ ਅੱਪਾ ਕਿੱਥੇ ਤਲਾ ਗਿਆ ਤੇ ਝਾੜੂ ਰੱਖ ਚਾ ਮੇਰੀ ਗੱਲ ਸੁਣ ਲਾ ਗੌਰ ਨਾਲ ਕੀ ਹੋਇਆ ਅੱਪਾ ਹੋਇਆ ਕੁਛ ਨਹੀਂ ਮੇਰਾ ਪੁੱਤਰ ਧੀਆਂ ਹੁੰਦੀਆਂ ਨੇ ਪਰਾਇਆ ਮਾਲ ਇਹ ਘਰ ਜਿਹੜਾ ਹੈ ਨਾ ਇੱਥੇ ਸਿਰੇ ਤੇਰਾ ਪੱਲਣ ਸੰਭਲ ਆਈ ਮੈਂ ਗਿਆ ਮੂੰ ਉੱਥੇ ਗੱਲਬਾਤ ਉਹਨਾਂ ਦੇ ਨਾਲ ਮੇਰੀ ਹੋਈ ਹੈ ਅਤੇ ਤੇਰਾ ਕਰੂੰਗਾ ਰਿਸ਼ਤਾ ਯਾਨੀ ਕਿ ਤੂੰ ਆਪਣੇ ਘਰ ਚਲੇ ਗਈ ਕਾਹਦੀ ਸਮਝ ਹੁਣ ਮੈਂ ਵੇਖ ਲਓ ਕਿ ਮੈਂ ਵੀ ਕਿਤਾ ਮੇਰਾ ਪੁੱਤ ਨਿਕਲ ਬਈ ਸਾ ਅਤੇ ਗੱਲ ਇਹ ਬਈ ਮੇਰੀ ਇੱਕ ਗੱਲ ਸਹਿਣ 'ਚ ਰੱਖਦਾ ਇਹ ਲਿਓ ਆਵੇਨ ਤੂੰ ਯਾਨੀ ਕਿ ਚਾਹ ਪਾਰੂੰ ਤੈਨੂੰ ਮੈਂ ਸਦਾ ਹੀ ਸਾ ਚਾਹ ਲਾਇਆ ਆ ਗਈ ਸਮਝ ਬੋਲਣਾ ਤੋ ਇਹਨੇ ਉਹ ਤੇ ਆਪਾ ਉਹ ਅਗਲੀ ਗੱਲ ਮੈਂ ਸਮਝਦਾ ਤੂੰ ਜੇ ਲੈ ਬੋਲਣਾ ਹੈ ਨਾ ਤੇ ਉਹ ਸਾਇਰ ਹੋਲਾ ਪਾਇ ਲੈਣਾ ਤੂੰ ਬੋਲਣਾ ਨਹੀਂ ਬਸ ਜਿਹੜੀ ਗੱਲ ਬਾਤ ਕਰਨੀ ਹੈ ਮੈਂ ਕਰਨੀ ਹੈ ਉਹਨਾਂ ਦੇ ਨਾਲ ਜਿਵੇਂ ਗੱਲ ਹੋ ਸੀ ਭਾਈ ਟਾਈਮ ਕਿਹੜਾ ਬਣਿਆ ਹੈ ਬਰਾਤ ਕਿਸ ਲਿਆਉਣੀ ਹੈ ਤੇ ਤੁਸਾਂ ਜੋ ਪੁਰਾਣਾ ਮੇਰਾ ਪੁੱਤ ਚੰਗੀ ਮੇਰੀ ਧੀ ਹੈ ਨਾ ਤੇ ਮੇਰੀ ਇਹੀ ਕਿਆ ਗੱਲ ਮੰਨ ਜਾ ਅੱਜ ਟਾਈਮ ਆ ਤੇਰੀ ਕਾਹੀ ਗੱਲ ਨਹੀਂ ਆਖੀ ਠੀਕ ਹੈ ਅੱਬਾ ਠੀਕ ਹੈ ਉੱਥੇ ਤੂੰ ਮੈਂ ਕਾਹੀ ਗੱਲ ਹੋ ਗਈ ਵੀ ਤੂੰ ਬੋਲਣਾ ਨਹੀਂ ਜਵਾਬ ਨਹੀਂ ਦੇਣਾ ਕਿਸੇ ਗੱਲ ਦਾ ਠੀਕ ਹੈ ਅੱਬਾ ਠੀਕ ਹੈ ਹੁਣ ਸਫਾਈ ਕਰ ਲੈ ਘਰ ਦੀ ਆ ਗਈ ਸਮਝ ਤੇ ਮੈਂ ਉਹਨਾਂ ਨੂੰ ਨਾ ਉਥਾ ਭਾਈ ਸਾਹਿਬ ਇਹ ਲੈ ਆ ਗਏ ਨਾ ਗੱਲਬਾਤ ਕਰ ਲਈ ਗੱਲ ਸੁਣ ਮੇਰੀ ਬੜਾ ਔਖਾ ਤੇ ਚੰਗੀ ਸੋਹਣੀ ਛੋਹਰ ਲਈਏ ਸਮਝ ਆਈ ਹੈ ਜਿਵੇਂ ਤੂੰ ਆਦਾ ਨਾ ਲੇਟ ਆਪਾਂ ਕੀਤੀ ਹੈ ਲੇਕਿਨ ਛੋਹਰ ਤੇਰੇ ਵਾਸਤੇ ਚੰਗੀ ਸੋਹਣੀ ਲਈਏ ਤੇ ਇੱਕ ਗੱਲ ਦਾ ਖਿਆਲ ਰੱਖਣਾ ਸਮਝ ਆਈ ਨਹੀਂ ਤੇ ਤੇਰੇ ਮੈਂ ਦੰਦ ਬੰਨ ਸੱਟਣੇ ਦੰਦ ਬਾਕੀ ਉਹਨਾਂ ਦੀ ਬਿਰਾਦਰੀ ਕੀ ਹੋ ਜੀ ਛੋਹਰ ਕੋਈ ਨਹੀਂ ਜਿਹੜੀ ਮੈਂ ਤੈਨੂੰ ਲਾ ਕੇ ਦਿੰਦਾ ਪਿਆ ਸਮਝ ਆਈ ਹੈ ਤੇ ਕੱਲ੍ਹ ਆਪਾਂ ਜਾਣਾ ਰਿਸ਼ਤਾ ਵੇਖਣ ਥੋੜ੍ਹੀ ਜਿਹੀ ਨਾ ਤਿਆਰੀ ਮਿਆਰੀ ਕਰ ਲਾਇਆ ਹੈਂ ਅਗਾਂਹ ਵਿਸ਼ਾ ਉੱਥੇ ਤੁਹਾਨੂੰ ਵੀ ਖਾਮ ਸਾ ਅੱਜ ਕੱਲ੍ਹ ਪਤਾ ਦੌਰ ਇੱਕ ਦੂਰ ਵੇਖ ਲਓ ਨਾ ਤਾਂ ਉਹ ਚੰਗੀ ਗੱਲ ਆਉਂਦੀ ਬਾਅਦ ਤੂੰ ਆਖਿਆ ਮੈਨੂੰ ਤੂੰ ਵਿਖਾਇਆ ਹੀ ਨਹੀਂ ਤਾਂ ਮੇਰਾ ਹੈਂ ਠੀਕ ਹੈ ਜਿਵੇਂ ਹੁਣ ਇੱਥੇ ਬਕਵਾਸ ਨਹੀਂ ਕਰਦਾ ਪਿਆ ਉੱਥੇ ਬਕਵਾਸ ਨਹੀਂ ਕਰਨਾ ਸ਼ਰਾਰਤ ਕੋਈ ਨਾ ਹੋਵੇ ਬੇਗੈਰਤੀ ਕੋਈ ਨਹੀਂ ਕਰਨੀ ਠੀਕ ਹੈ ਚੱਲ ਸੁਬਹ ਵਿਸ਼ਾ ਕਾਰਵਾਈ ਤੋਂ ਕੰਮ ਧੰਦਾ ਕਰ ਚਲੋ ਬਿਨਾ ਯਤੀਮ ਜੀ ਆ ਪਿਓ ਤੋਂ ਬਾਅਦ ਤਾਂ ਪਿਓ ਮੈਂ ਆਉਂ ਤਾਂ ਮੈਂ ਆਖਿਆ ਤਾਂ ਰਿਸ਼ਤਾ ਕਰੀਏ ਚਾ ਛੋਟਾ ਬਦਲ ਅਸੀਂ ਪਿੱਛੋਂ ਬਾਅਦ ਦੁਆਈ ਕਰਿਆ ਤਾਂ ਚਲੋ ਇਹ ਤਾਂ ਘਰ ਬਾਣਵਾਈ ਸੀ ਤਾਂ ਮੇਰੇ ਸਿਰ ਤੋਂ ਜਿਹੜਾ ਬਾਹਰ ਲਾ ਸੀ ਤਾਂ ਅੱਬਾ ਹੀ ਮੈਂ ਇੱਥੇ ਰੱਖ ਲਿਆ ਸੀ ਤਾਂ ਕਬਰ ਜਬ ਆਖਿਆ ਮੇਰੇ ਨਿੱਕੇ ਪੁੱਤ ਨੂੰ ਕਿ ਕੀਤਾ ਜੇ ਦਾਤ ਹਾਲ ਚ ਖਾ ਗਿਆ ਤਾਂ ਮੇਰੇ ਪੁੱਤ ਸ਼ਾਦੀ ਨਾ ਕੀਤੀ ਠੀਕ ਹੀ ਘਰ ਗੱਲ ਉਸੇ 'ਤੇ ਅਮਲ ਕਰਨਾ ਹੈ ਨਹੀਂ ਤਾਂ ਇਹ ਆਖਰੀ ਚਾਂਸ ਪਹਿਲਾਂ ਹੀ ਹੁਣ ਮੈਂ ਕਿਸੇ ਪਾਸੇ ਕਹਿ ਕੋ ਰਿਸ਼ਤਾ ਨਹੀਂ ਮੰਗਣਾ ਠੀਕ ਹੈ ਨਾ ਇਹ ਜਿਹੜਾ ਮੂੰਹ ਬੰਦ ਰੱਖਣਾ ਹੈ ਹੋਰ ਸੁਣਾ ਤਬੀ ਅਸੀ ਕੰਮ ਸ਼ਾਮ ਕਿਹੜਾ ਕਰਦਾ ਅੱਜ ਕੱਲ੍ਹ ਇਹ ਨਾ ਲਾਹੌਰ ਹੈ ਕੈਮੀਕਲ ਦੀ ਫੈਕਟਰੀ ਇੰਜੀਨੀਅਰ ਹੈ ਇੰਜੀਨੀਅਰ ਕੈਮੀਕਲ ਬਣਾਉਂਦੇ ਨਾ ਇੰਜੀਨੀਅਰ ਹੈ ਚਲੋ ਕਦਾਂ ਦੀ ਕੋਈ ਨਹੀਂ ਕਦ ਛੋਟਾ ਕੇ ਤੇ ਵੱਡਾ ਕੇ ਹੈ ਤਾਂ ਇਨਸਾਨ ਬਖਤ ਸੋ ਸਾਡਾ ਗੱਲ ਹੈ ਪੈਸਾ ਹੋਵੇ ਨਾ ਜੀ ਬਖਤ ਹੋਵੇ ਸਾਰੀ ਕਾਜ ਨਹੀਂ ਹੁੰਦੀ ਸਾਰੀ ਜਨਾਬ ਮੇਰੇ ਘਰ ਦਾ ਇਹ ਸਮੇਂ ਸ਼ੇਰ ਹੈ ਤਾਂ ਬਖਤ ਹੈ 21-22 ਮੱਝੀਆਂ ਨੇ ਸ਼ੇਰ ਦੇ ਕੱਲੇ ਉਹ ਚਾਰ ਮਕਾਨ ਇਹਨੂੰ ਮੈਂ ਵੱਖਰੇ ਪਾ ਦਿੱਤੇ ਅਤੇ ਉਹ ਸਾਡਾ ਮਰਿਆ ਉਸੇ ਮੈਂ ਆਖਿਆ ਅਗਲੇ ਹਾਸੇ ਨੂੰ ਵਿਰਾਸ ਹੂੰ ਹੱਥ ਮਾਣ ਜਿਹਾ ਉਹਦੇ ਨਾਲ ਚੰਗਾ ਨਾ ਕੀਤਾ ਮਕਾਨ ਵੱਖਰੇ ਪਾਏ ਨਾ
لاترین باث لال پمپ فوارے او پتر کوئی پڑھیا بھی ہے ہاں پڑھیا پڑھیا اے جناب 8 جماعت پڑھیا دعا کھادا پیندا کیڑی شے زیادہ پسند کردا او پکوائی چا کی شے پسند کردا چاہ دی پیالی او سر چاہ نا چاہ نا بس ساڈے ڈکو نے ساڈا اپن گھر ہے جتھے رشتہ داری ہو جاوے نا مو گھر ہوندا سیویے بنوائی ہے جتھے واسطے نہیں نہیں سیویں ران سیویں نہیں کھمدا بڑے اس تو پوچھن دے یار تو شرم والا ہر گالا گوڑے ڈکی امنا یار او شرم والا ہے میں نو آکھے شرم والا چورے بابا حیا والا چورے او دا میں بولنا نہیں میرے سورا میں اپنے سور تک بول نہیں سکدا ہاں ہاں اے تے بڑی گل مرتا ادا بالا ہے ہاں یہ میرے کو نہ بولیا نا تے یہ ہے جی میں ساجے دے سا اچھا بابا این ہے ہن دور آ گیا نا اپنا دور آئی ہو رہا ہے اج کل جتن تے چھوڑ تے چھوڑ ایک دو نے ویکھ لین انہاں دے ذہن باہر جاوے تے بندہ رشتہ اوتھے کرے اچھا دعا گل تیری ٹھیک ہے میں تیرے اشارہ کافی ہے تو اے دسو بھائی بارات تو لایا ونی ہے نا تے ہے کرانگ دی گڈی او کرانگ ہم تا سال لگا دی تو بڑا کو جے تے روٹی مائے دیسا روٹی تو نہ تگڑے کرے تے ہٹ کے ولی میں رکھ کھلیا اے گل نی تیری خوشی ہے تو اتنا کوئی دیندا پیا تے بھی روٹی دے چھوڑے میری سنو میرا ویلے بھائی اے آپ تے سے چھوٹا گوشت کرا یا زردہ پولا یا حلوہ یا جیڑی شاید تو آکھے ہوا بابا ساڈے برامد ایک گل ہوندی جیڑی میں آکھ چھوڑی چھوٹا ہے او میرے گل نہیں چا سکدا جیں میں آکھنا چا اونے ٹھیک اچھا میں کڑی لئی آواں اچھا آئی لئی آ تھا رے اللہ ایک بال لاوے نے ایک دوے نو ہاں گلاں جڑی ہوندے نا اینی طرح چپ کر کے بانے ناسا باندھے تھا کہ بکواس کی طرح میں لگ گیا نا پتا تو میں رشتہ منجی ویسی ہے کتے ہو ٹھیک ہے نا چل بھوکنا نہیں ٹھیک ہے مسک دی تیری گڈی پر میں آخیا وہ سیٹنگ وٹنگ کرا رہا وہ تھوڑے کام ہوتا ہے تو بجائے رکھنا ہے تو سارا گیر چوا دے لگ گئی بات نہیں اور بابا جی او کار دی گل ہوندی بھئی آئی فار کیوں نہ لئی سنا اے اور ہفتہ ایک او بالا کے سیٹ تے پار چھوڑا شاپر لڑدا بیٹھا تے نئی گڈی تے میں کہو یار میرے بال انو بڑے شرارتی ہیں نا او باڑ گن چاچے دی گڈی ائی تے سارے شاپر پار ہٹ فار کیوں نہ شاپر کیوں پار رہے ہیں پوتر اوئے یار بال جو ہے مول پار چھڑے اندر تو بادشاہ بندا اس واسطے نہ بال جو میں شاپر پار چھوڑے او پوتر چا لائی آویا کڑی میرا برا تو ہی ویکھ لے ماشاءاللہ ماشاءاللہ سونی نورانی اپنی لو با او میرے پتر با با نہیں اللہ چنگا نصیب بڑھاو تو سونی ہے نو ساڈی فخر والی اساں وان کے نا برادری اچ اگے جو ساڈی نو کوئی نہیں سیدھی جڑی گل ہے میں سوانی کی یہ تے بس بس وقت دی گل ہوندی ہے اللہ زندگی کر سونی چھڑ رہے اچھا جی جی وچ کے سکے شا بابا کوئی ہوے کاش کھٹ دی ود تے میں حاضر ہاں کائی لوڑی نہیں میں سامان میں بڑھا کے رکھیا ہے اچھا ترائے مجیدے سا دو ٹرک لایا پیا سامان لوڈ کر کے لا جے پیا چلو کوئی نہیں او چاہ پیندا بیٹھا تو نیو پیندا پی میرا پوت بھیک تو بلندا نہ ہوے ادھر آ میں بھوت مال دے بھوت مال دے